ਮੇਰਾ ਨਾਮ ਹੈ ਜਗਦੇਵ ਸਿੰਘ ਖਾਲਸਾ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਣਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਸੀ ਤਾਂ ਬਠਿੰਡਾ ਦੇ ਵਿੱਚ ਮੈਂ ਇੱਕ ਪਲਾਨ ਦਿੱਤਾ ਸੀ ਕਾਲੀਆਂ ਝੰਡੀਆਂ ਲਾਓ ਵੀ ਜੇ ਤੁਸੀਂ ਦੁਨੀਆ ਨੂੰ ਵਿਖਾਉਣਾ ਚਾਹੁੰਦੇ ਹੋ ਤਾਂ ਉਸ ਟਾਈਮ ਦੁਨੀਆ ਨੇ ਕਾਲੀਆਂ ਝੰਡੀਆਂ ਲਾਈਆਂ ਸੀ ਅੱਜ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਬਈ ਜੇ ਤੁਸੀਂ ਆਪਾਂ ਅੰਦੋਲਨ ਜਿੱਤਣਾ ਤਾਂ ਅੰਦੋਲਨ ਜਿੱਤਣ ਵਾਸਤੇ ਆਪਾਂ ਇੱਕ ਪਲਾਨ ਤਿਆਰ ਕਰੀਏ ਬੜਾ ਸੌਖਾ ਅਤੇ ਸਰਲ ਹੈ ਮੋਦੀ ਚਾਹੁੰਦਾ ਵੀ ਇਹ ਪਲਾਨ ਆ ਜਿਹੜਾ ਤੁਹਾਡਾ ਅੰਦੋਲਨ ਹੈ ਲੰਬਾ ਚੱਲੇ ਉਹਦੀ ਸੋਚ ਕੀ ਹੈ ਉਹ ਮੈਂ ਤੁਹਾਨੂੰ ਦੱਸਦਿਆਂ ਉਹਦੀ ਸੋਚ ਇਹ ਹੈ ਵੀ ਜਿੰਨਾ ਅੰਦੋਲਨ ਲੰਬਾ ਚੱਲੂਗਾ ਵੀ ਇਹ ਆਰਥਿਕ ਤੌਰ 'ਤੇ ਟੁੱਟਣਗੇ ਪਹਿਲਾ ਪੁਆਇੰਟ ਵੀ ਇਹਨਾਂ ਦੇ ਕੋਲੋਂ ਹੁਣ ਕਰਜ਼ਾ ਚੱਕ ਚੱਕ ਕੇ ਅਸੀਂ ਅੰਦੋਲਨ ਲੜਦੇ ਹਾਂ ਕਰੋੜਾਂ ਰੁਪਈਏ ਦਾ ਪਾਣੀ ਅਸੀਂ ਪੀ ਗਏ ਕਰੋੜਾਂ ਰੁਪਏ ਦੇ ਲੰਗਰ ਲੱਗ ਗਏ ਕਰੋੜਾਂ ਰੁਪਏ ਦਾ ਡੀਜ਼ਲ ਫੁੱਕ ਗਿਆ ਠੀਕ ਹੈ ਕਰੋੜਾਂ ਰੁਪਏ ਦੇ ਸਾਧਨ ਟੁੱਟ ਗਏ ਕਰੋੜਾਂ ਰੁਪਏ ਦਾ ਲੋਕਾਂ ਦਾ ਪਿੱਛੋਂ ਨੁਕਸਾਨ ਹੋ ਗਿਆ ਪਿੰਡਾਂ ਦੇ ਵਿੱਚ ਫਸਲਾਂ ਦਾ ਇਹ ਸਾਡਾ ਨੁਕਸਾਨ ਹੁਣ ਤੱਕ ਦਾ ਹੁਣ ਅਗਲਾ ਨੁਕਸਾਨ ਜਿਹੜਾ ਸਾਡਾ ਹੋ ਰਿਹਾ ਉਹ ਇਹ ਹੋ ਰਿਹਾ ਕਿ ਬਈ ਜਿਹੜਾ ਸਾਡਾ ਇੱਥੇ ਨੌਜਵਾਨ ਬੈਠਾ ਹੁਣ ਬੰਦਾ ਰੋਜ਼ ਸੋਚਦਾ ਯਾਰ ਅੱਜ ਵੀ ਹੋਊ ਹੈ ਨਾ ਮੋਦੀ ਹੋਰੀ ਤਿੰਨ ਪਾਲਸੀਆਂ ਦਿਆ ਵੀ ਪੰਜਾਬ ਨੂੰ ਕੰਗਾਲ ਕਰੋ ਕਰਜ਼ਾਈ ਕਰੋ ਵੀ ਇਹਨਾਂ ਦਾ ਧਿਆਨ ਕਰਜ਼ੇ ਵਿੱਚ ਜਾਵੇ ਇਹ ਛੱਡ ਕੇ ਭੱਜ ਜਾਵੇ ਦੂਜਾ ਬੜਾ ਧਿਆਨ ਇਹ ਆ ਵੀ ਇਹਨਾਂ ਨੂੰ ਆਪਾਂ ਮਾਨਸਿਕ ਤੌਰ 'ਤੇ ਪਰੇਸ਼ਾਨ ਕਰੀਏ ਹੁਣ ਤੁਸੀਂ ਕਹਿੰਦੇ ਪਿੰਡਾਂ 'ਚ ਮਤੇ ਪਾ ਦੇ ਵੀ ਪਿੰਡਾਂ ਦੇ ਵਿੱਚ ਅਸੀਂ 1500 ਲਾਇਆ ਜ਼ਿਮੀਂਦਾਰਾਂ ਦੇ ਘਰਾਂ ਨੂੰ ਅਤੇ ਵੀ ਅੱਜ ਉਹਨਾਂ ਨੇ ਤੁਹਾਨੂੰ ਦੇ ਤੁਸੀਂ ਪਰਸੋਂ ਜਾਓਗੇ ਅਗਲੇ ਮਹੀਨੇ ਜਾਓਗੇ ਅਗਲੇ ਜੇ ਹੁਣ 2 ਲੱਖ ਇਕੱਠਾ ਫਿਰ ਲੱਖ ਇਕੱਠਾ ਹੋਊ ਫਿਰ 50,000 ਖੀਰ ਨੂੰ ਲੋਕ ਹੱਥ ਖੜੇ ਕਰ ਦੇਣਗੇ ਬਈ ਹੁਣ ਵੀ ਅਗਲਾ ਕਹਿਣਗੇ ਰਾਜੋ ਯਾਰ ਜੋ ਹੁੰਦਾ ਵੇਖੀ ਜਾਊਗੀ ਆਪਾਂ ਫਿਰ ਖੀਰ ਨੂੰ ਅੱਕ ਜਾਂਦੇ ਹਾਂ ਉਹ ਤੁਹਾਨੂੰ ਕਹਾਉਣਾ ਚਾਹੁੰਦਾ ਤੀਜਾ ਸਾਡੇ ਵਿੱਚ ਜਿਹੜਾ 26 ਨੂੰ ਉਹਨੇ ਕਰਵਾਇਆ ਸਾਨੂੰ ਆਪਸ 'ਚ ਲੜਾ ਕੇ ਮਰਾਉਣਾ ਚਾਹੁੰਦਾ ਵੀ ਆਪਸ ਵਿੱਚ ਲੜਨ ਵੀ ਜਿਹੜਾ ਲੀਡਰ ਬੈਠਿਆ ਉਹਨਾਂ ਦਾ ਚਿੱਕਰ ਸੁੱਟੋ ਇੱਧਰੋਂ ਉੱਧਰੋਂ ਮੁੰਡਿਆਂ ਦੀ ਲੜਾਈ ਕਰੋ ਦੋ ਗਰੁੱਪ ਬਣ ਗਏ ਇਸ ਕਰਕੇ ਆਪਾਂ ਨੂੰ ਹੁਣ ਸੋਚਣ ਦੀ ਲੋੜ ਆ ਆਪਾਂ ਕੀ ਕਰੀਏ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਣੀ ਚਾਹੁੰਦਾ ਕਹਿੰਦੇ ਮਹਾਤਮਾ ਗਾਂਧੀ ਦੇਖੋ ਮਹਾਤਮਾ ਗਾਂਧੀ ਦੀ ਮੈਂ ਐਗਜ਼ਾਮਪਲ ਕਿਉਂ ਲਈ ਆ ਦੇਖੋ ਮਹਾਤਮਾ ਗਾਂਧੀ ਨੂੰ ਕੋਈ ਚੰਗਾ ਕਿ ਕੋਈ ਮਾੜਾ ਗਿਆ ਪਰ ਮੈਂ ਤੁਹਾਨੂੰ ਉਹਦਾ ਇੱਕ ਗੁਣ ਦੱਸਦਾ ਗੁਣ ਕੀ ਸੀ ਉਹਦੇ ਵਿੱਚ ਜਦੋਂ ਮਹਾਤਮਾ ਗਾਂਧੀ ਨੂੰ ਪਤਾ ਲੱਗ ਗਿਆ ਵੀ ਇਸ ਮੁਲਕ ਦੇ ਵਿੱਚ ਜਿਹੜਾ ਅੱਤਿਆਚਾਰ ਵੱਧ ਰਿਹਾ ਜਿਵੇਂ ਹੁਣ ਸਾਡੇ 'ਤੇ ਵੱਧ ਰਿਹਾ ਉਸ ਬੰਦੇ ਨੇ ਕੀ ਕੀਤਾ ਉਹਨੇ ਨਾ ਚਰਖਾ ਰੱਖ ਲਿਆ ਸਟੇਜ 'ਤੇ ਤੁਸੀਂ ਸੋਚੋ ਮੈਨੂੰ ਕੋਈ ਦੱਸ ਸਕਦਾ ਵੀ ਉਹ ਚਰਖੇ ਦਾ ਮਤਲਬ ਕੀ ਸੀ ਇਹਨੂੰ ਨੌਲੇਜ ਹੈ ਕੋਈ ਦੱਸ ਸਕਦਾ ਵੀ ਜੀ ਹਾਂ ਜਾਂ ਨਾ ਬੋਲੋ ਚਰਖੇ ਦਾ ਆਪਾਂ ਕਹਿੰਦੇ ਵੀ ਮਹਾਤਮਾ ਗਾਂਧੀ ਚਰਖਾ ਕਰਦਾ ਸੀ ਅਸਲ ਵਿੱਚ ਜਿਹੜੀ ਕੰਪਨੀ ਈਸਟ ਇੰਡੀਆ ਕੰਪਨੀ ਆਈ ਸੀ ਨਾ ਬਾਹਰੋਂ ਅੰਗਰੇਜ਼ਾਂ ਦੀ ਉਹ ਵਪਾਰ ਕਰਨ ਆਈ ਸੀ ਇੱਕ ਪਾਸੇ ਤੁਸੀਂ ਈਸਟ ਇੰਡੀਆ ਰੱਖ ਲਓ ਦੂਜੇ ਪਾਸੇ ਕਾਰਪੋਰੇਟ ਰੱਖ ਲਓ ਉਹਦੇ ਇੱਕ ਕੰਪਨੀ ਸੀ ਈਸਟ ਇੰਡੀਆ ਹੁਣ 500 ਕਾਰਪੋਰੇਟ ਆ ਉਹਦੇ ਵਿੱਚ ਮੋਦੀ ਦੇ ਨਾਲ ਅੰਬਾਨੀ ਅਡਾਨੀ ਤਾਂ ਹੈਗੇ ਹੀ ਨੇ ਹੋਰ ਵੀ ਬਹੁਤ ਨੇ ਉਹ ਮੈਂ ਲੰਬਾ ਨਹੀਂ ਜਾਂਦਾ ਉਸ ਤੋਂ ਬਾਅਦ ਕੀ ਹੋਇਆ ਇੱਕ ਪਾਸੇ ਈਸਟ ਇੰਡੀਆ ਦੂਜੇ ਪਾਸੇ ਕਾਰਪੋਰੇਟ ਇੱਕ ਪਾਸੇ ਮੋਦੀ ਦੂਜੇ ਪਾਸੇ ਅੰਗਰੇਜ਼ ਬਰਾਬਰ ਹੋ ਗਿਆ ਹੁਣ ਕੀ ਸੀ ਇੱਧਰ ਲੋਕ ਹੁਣ ਇਸ ਵੇਲੇ ਉਹਨੇ ਕੀ ਕੀਤਾ ਚਰਖਾ ਲਿਆ ਉਹਨੇ ਲੋਕਾਂ ਨੂੰ ਮੈਸੇਜ ਦੇਤਾ ਵੀ ਲੋਕੋ ਮੈਂ ਉਦੋਂ ਤੱਕ ਕੱਪੜੇ ਨਹੀਂ ਪਾਉਂਦਾ ਜਦੋਂ ਤੱਕ ਆਪਦੀ ਖਾਦੀ ਦਾ ਆਪਦੇ ਦੇਸ਼ ਦਾ ਸਵਦੇਸ਼ੀ ਮੈਂ ਉਹਨਾਂ ਨਹੀਂ ਕੱਤ ਲੈਂਦਾ ਉਹਨੇ ਉਹਨਾਂ ਕੱਤਿਆ ਆਪ ਕੱਤ ਕੇ ਪਾਲਿਆ ਸਾਰੇ ਮੁਲਕ 'ਚ ਇਹ ਗੱਲ ਫੈਲ ਗਈ ਜਿਵੇਂ ਤੁਸੀਂ ਜੀਓ ਦੇ ਟਾਵਰਾਂ ਵੇਲੇ ਫੈਲੀ ਸੀ ਫੈਲ ਗਈ ਲੋਕਾਂ ਨੇ ਕੀ ਕੀਤਾ ਉਸੇ ਵੇਲੇ ਸਾਰਾ ਬੰਦ ਕਰਤਾ ਹੁੱਕਾ ਪਾਣੀ ਸਾਰਾ ਸਮਾਨ ITC ਦਾ ITC ਮੂੰਹ 'ਚ ਨਿਕਲ ਗਿਆ ਇੰਡੀਅਨ ਦੂਜਾ ਕਿਹੜੀ ਕੰਪਨੀ ਦਾ ਮੈਂ ਨਾਂ ਲਗਾ ਈਸਟ ਇੰਡੀਆ ਕੰਪਨੀ ਦਾ ਹੁੱਕਾ ਪਾਣੀ ਕਰਤਾ ਬੰਦ ਅੰਗਰੇਜ਼ ਜਿਹੜਾ ਦੂਜੀ ਸੰਸਾਰ ਜੰਗ ਵੇਲੇ ਸਾਰੇ ਪਾਸੇ ਟੁੱਟ ਚੁੱਕਾ ਸੀ ਹੁਣ ਉਹ ਜੋ ਟੁੱਟ ਚੁੱਕਾ ਸੀ ਤਾਂ ਉਸ ਵੇਲੇ ਭਾਰਤ ਵਿੱਚੋਂ ਵੀ ਉਹ ਜਾਣੀ ਕਿ ਬਰਬਾਦ ਹੋ ਗਿਆ ਉਹ ਫਿਰ ਛੱਡ ਕੇ ਚਲਾ ਗਿਆ ਅਸੀਂ ਜਿੱਤ ਗਏ ਹੁਣ ਤੁਸੀਂ ਕਰੋ ਕੀ ਜਿਵੇਂ ਤੁਸੀਂ ਵੀਰਾਂ ਨੇ ਪਿੰਡਾਂ 'ਚ ਲੰਗਰ ਲਾਇਆ ਇੱਕ ਲੰਗਰ ਲਾਓ ਪਿੰਡਾਂ 'ਚ ਹੋਰ ਉਹ ਬੀਬੀਆਂ ਸੰਭਾਲਣ ਸਾਡੀਆਂ ਉਹਨੂੰ ਕਹਿੰਦੇ ਨੇ ਕਿਸਾਨ ਦੀ ਹੱਟੀ ਕਿਸਾਨ ਹੱਟ ਕਿਸਾਨ ਦੀ ਦੁਕਾਨ ਤੁਸੀਂ ਕਰਨਾ ਕੀ ਆ ਤੁਸੀਂ ਚੀਕ ਕਢਾਉਣੀ ਆ ਲਾਲਿਆਂ ਦੀ ਮੈਂ ਕਿਸੇ ਲਾਲੇ ਦੇ ਉਲਟ ਨਹੀਂ ਇਹ ਨਾ ਸੋਚੋ ਪਰ ਮੁੜ ਕੇ ਲੋਕ ਪੁੱਠੀ ਗੱਲ ਲੈਣ ਦਿਆ ਨਹੀਂ ਨਹੀਂ ਜਿਹੜੇ ਦੁਕਾਨਦਾਰ ਸ਼ਹਿਰਾਂ 'ਚ ਬੈਠੇ ਨੇ ਉਹਨਾਂ ਕੋਲੇ ਕਾਰਪੋਰੇਟ ਦਾ ਸਮਾਨ ਆਉਂਦਾ ਅੰਬਾਨੀਆਂ ਅਡਾਨੀਆਂ ਦਾ ਆਉਂਦਾ ਤੁਸੀਂ ਦੁਕਾਨਾਂ ਤੋਂ ਸਮਾਨ ਚੱਕ ਕੇ ਲੰਗਰ 'ਚ ਲਾ ਦਿੰਦੇ ਹੋ ਜੇ ਰੋਜ਼ ਦਾ 50,000 ਦਾ ਲੰਗਰ ਦਾ ਤੁਸੀਂ ਸਮਾਨ ਲਿਆਉਂਦੇ ਹੋ 20,000 ਅੰਬਾਨੀ ਅਡਾਨੀ ਇੱਥੋਂ ਵੀ ਕਮਾ ਰਹੇ ਆ ਸੋਚੋ ਜੇ ਤੁਸੀਂ ਦੁਸ਼ਮਣ ਤੋਂ ਬੰਬ ਲੈ ਕੇ ਦੁਸ਼ਮਣ ਨਾਲ ਲੜਾਈ ਲੜੋਗੇ ਮਾਰਾ ਹੀ ਕੌਣ ਤੱਕ ਲੜੋਗੇ ਇਹ ਸੋਚੋ ਤੁਸੀਂ ਪਿੰਡ ਦੇ ਵਿੱਚ ਕੀ ਕਰੋ 5 ਬੰਦੇ ਰਲ ਜਾਓ ਲੱਖ ਲੱਖ ਰੁਪਇਆ ਪਾ ਲਓ 5 ਲੱਖ ਦਾ ਸਟੋਰ ਬਣਾ ਲਓ ਕਰਿਆਨੇ ਦਾ ਓਕੇ ਹਰ ਚੀਜ਼ ਮਿਲੇ ਉੱਥੇ ਪਿੰਡ 'ਚ ਹੁੱਕਾ ਦੇ ਦਿਓ ਵੀ ਅੱਜ ਤੋਂ ਬਾਅਦ ਵੀ ਤੁਸੀਂ ਤੁਹਾਨੂੰ ਅੱਧੇ ਰੇਟ ਤੋਂ ਤਕਰੀਬਨ ਸਮਾਨ ਅੱਧੇ ਤੋਂ ਖੰਡ 35 ਰੁਪਏ ਕਿਲੋ ਜਾਂ 40 ਮਿਲਦੀ ਆ 35 ਰੁਪਏ ਕਿਲੋ ਖੰਡ ਦਾਲਾਂ ਸਸਤੀਆਂ ਤੁਹਾਨੂੰ ਅੱਧੇ ਰੇਟ 'ਤੇ ਸਮਾਨ ਦੇਵਾਂਗੇ ਹਲਦੀ ਮਿਰਚ ਮਸਾਲਾ ਤਾਂ ਅੱਧੇ ਰੇਟ 'ਤੇ ਲਓ ਜੀ ਇਹ ਗੱਲ ਹੋ ਗਈ ਦੂਜਾ ਨੰਬਰ ਦੇ ਲੋਕਾਂ ਨੂੰ ਇਹ ਕਹੋ ਵੀ ਜਿਹੜਾ ਬੰਦਾ ਸਾਡੇ ਨਾਲ ਨਾ ਆਇਆ ਅੱਜ ਉਹਦੀ ਲਿਸਟ ਬਣਾ ਲਓ ਜਿਹੜਾ ਵੀ ਆ ਸਾਨੂੰ ਪਤਾ ਲੱਗ ਜਾਏ ਵੀ ਆਉਣ ਵਾਲੇ ਸਮੇਂ 'ਚ ਆਹ ਖੜਾ ਸੀ ਆਹ ਨਹੀਂ ਖੜਾ ਸੀ ਗੁਰੂ ਸਾਹਿਬ ਨੂੰ ਬਦਾਵੇ ਦੇ ਗਏ ਸੀ ਉਹ ਵੀ ਗੁਰੂ ਦੀ ਇੱਕ ਲੀਲਾ ਸੀ ਕਿ ਸਿੱਖੋ ਬਦਾਵੇ ਤੁਹਾਨੂੰ ਗਾਂਹ ਵੀ ਦੇਣਗੇ ਤੁਸੀਂ ਯਾਦ ਰੱਖਿਆ ਜੇ ਹੁਣ ਕੀ ਹੋਇਆ ਪਿੰਡ 'ਚ ਇੱਕ ਦੁਕਾਨ ਬਣ ਗਈ ਅਸੀਂ ਲੋਕਾਂ ਨੂੰ ਅੱਧੇ ਰੇਟ 'ਤੇ ਸਮਾਨ ਵੀ ਦੇਵਾਂਗੇ ਅਤੇ ਮੁਫਤ ਵੀ ਦੇਵਾਂਗੇ ਹੁਣ ਕੋਈ ਕਹਿੰਦਾ ਯਾਰ ਲੱਖ ਲੱਖ ਔਖਾ ਹੈ 50,000 ਪਾ ਲਓ 25,000 ਪਾ ਲਓ
25000 ਨੂੰ ਇਹ ਕਹਿ ਦਿਓ ਵੀ ਤੈਨੂੰ ਸਾਰੀ ਉਮਰ 1000 ਰੁਪਏ ਦਾ ਰਾਸ਼ਨ ਇਸ ਦੁਕਾਨ ਤੋਂ ਫ੍ਰੀ ਮਿਲੂਗਾ ਪਰ 25000 ਉਹਦੀ ਆਪਣੇ ਕੋਲੇ ਆ ਕੇ ਸਮਾਨ ਜਮਾ ਹੋ ਗਿਆ 20 ਬੰਦਿਆਂ ਨੇ 25000 ਰੁਪਏ ਪਾਇਆ ਠੀਕ ਹੈ ਜੀ 20 ਬੰਦਿਆਂ ਨੇ 25 ਪਾਇਆ ਕਿੰਨਾ ਹੋ ਗਿਆ ਜੇ 20 ਬੰਦਿਆਂ ਨੇ 25 ਪਾਇਆ ਤਾਂ 5 ਲੱਖ ਹੀ ਹੋਇਆ ਹਾਂਜੀ ਤੁਸੀਂ ਇੱਕ ਬੰਦੇ ਨੂੰ ਸਮਾਨ ਦੇਣਾ 20 ਬੰਦਿਆਂ ਨੂੰ 1000 ਦਾ 20000 ਦਾ ਸਮਾਨ ਫ੍ਰੀ ਦੇਣਾ ਸਪੋਜ਼ ਕਰੋ ਤੁਹਾਡੀ 5 ਲੱਖ ਦੀ ਸੇਲ ਹੋ ਗਈ ਮਹੀਨੇ ਵਿੱਚ 5 ਲੱਖ ਦਾ ਮਾਲ ਵਿਕਿਆ ਉਹਦਾ 10% 10ਵਾਂ ਦਸੋਂ 10% ਉਹਦਾ ਪ੍ਰੋਫਿਟ ਰੱਖੋ ਜੇ ਲੋਕ ਤੁਹਾਡੇ ਤੋਂ 5 ਵਾਲੀ ਚੀਜ਼ ਤੁਹਾਨੂੰ 10 ਦੀ ਵੇਚਦੇ ਆ 100% ਲੈ ਰਹੇ ਆ ਤੁਸੀਂ 10 ਵੀ ਨਹੀਂ ਲੈ ਸਕਦੇ 10 ਰੱਖੋ 50000 ਬਚੂਗਾ 50000 ਤੋਂ 20000 ਦਾ ਰਾਸ਼ਨ ਮੁਫਤ ਵੰਡ ਦਿਓ ਆ ਗਈ ਸਮਝ ਉਹਨਾਂ ਨੂੰ ਵਰਤਾ ਜਿਹੜੇ ਬੰਦੇ ਆਏ ਸੀ ਨਾਲ ਤੁਹਾਡੇ 20 ਬੰਦੇ 1000 ਦਾ ਜਿਹਨੇ 50000 ਦਿੱਤਾ ਉਹਨੂੰ 2000 ਦਾ ਦੇ ਦਿਓ ਜਿਹਨੇ ਲੱਖ ਦਿੱਤਾ ਉਹਨੂੰ 4000 ਦਾ ਦੇ ਦਿਓ ਇਦੋਂ ਬਾਅਦ ਕੀ ਕਰੋ ਜਿਹੜਾ 30 ਬਚੇ ਉਹ 'ਚ 10000 ਦਾ ਦੁਕਾਨ ਦਾ ਕਿਰਾਇਆ ਅਤੇ ਬੰਦੇ ਦੀ ਤਨਖਾਹ ਦੇ ਦਿਓ 20 ਬਚਿਆ 20 ਲਾਓ ਲੰਗਰ 'ਚ ਬਿਲਕੁਲ ਸਹੀ ਗੱਲ 20 ਲਾਓ ਲੰਗਰ 'ਚ ਲਿਆ ਕੇ ਇਹ ਨਹੀਂ ਆਪਾਂ ਕੱਪੜੇ ਦੀ ਦੁਕਾਨ ਵੀ ਖੋਲਾਂਗੇ ਰੈਡੀਮੇਡ ਵੀ ਖੋਲਾਂਗੇ ਸਪਰੇਹਾਂ ਰੇਹ ਦੀ ਵੀ ਖੋਲਾਂਗੇ ਤੁਹਾਨੂੰ 3 ਦਿਨਾਂ 'ਚ ਹਰ ਚੀਜ਼ ਮਿਲ ਜੂ 3 ਦਿਨਾਂ 'ਚ ਹਰ ਚੀਜ਼ ਮਿਲ ਜੂਗੀ ਮੇਰਾ ਨੰਬਰ ਜੇ ਨੋਟ ਕਰਨਾ ਨੋਟ ਕਰ ਲਓ 964-661 964-6-1 ਨੰਬਰ ਨੋਟ ਕਰ ਲਓ ਹਾਂ ਜਿਹਨੇ ਵੀ ਮੇਰੇ ਨਾਲ ਗੱਲ ਕਰਨੀ ਉਹ ਦਲੀਲ ਨਾ ਕਰੇ ਮੈਨੂੰ 15 ਸਾਲ ਦਾ ਐਕਸਪੀਰੀਅੰਸ ਆ ਬਿਜ਼ਨਸ ਲਾਈਨ ਦਾ ਐਗਰੀਕਲਚਰ ਦਾ ਕੱਪੜੇ ਦਾ ਫੈਕਟਰੀ ਦਾ ਤੁਹਾਡਾ ਮਾਲ ਕਿੱਥੋਂ ਆਊਗਾ ਕਈ ਲੋਕ ਸੋਚਣਗੇ ਤੁਸੀਂ ਪੈਸੇ ਆਪਦੇ ਕੋਲ ਹੀ ਰੱਖਣੇ ਆ ਸੁਣ ਲਓ ਇੱਕ ਫਰਮ ਬਣੂਗੀ ਉਹ 'ਚ 5 ਬੰਦੇ ਲੈ ਲਓ 5 ਬੰਦੇ ਲੈ ਲਓ 2 ਲੈ ਲਓ 3 ਲੈ ਲਓ ਜਿੰਨੇ ਲੈਣੇ ਆ ਉਹਦੀ ਫਰਮ ਬਣਾਓ ਉਹਦਾ GST ਨੰਬਰ ਲਵਾਂਗੇ ਪੱਕੇ ਬਿੱਲ 'ਤੇ ਮਾਲ ਆਊਗਾ ਠੀਕ ਆ ਜੀ ਜਦੋਂ ਤੁਸੀਂ ਉੱਥੇ ਐਗਰੀਮੈਂਟ ਕਰਨਾ ਐਗਰੀਮੈਂਟ ਕਰਕੇ ਜਦੋਂ GST ਨੰਬਰ ਆ ਜਾਵੇ ਤੁਹਾਨੂੰ ਉਸੇ ਵੇਲੇ ਤੁਹਾਡੇ ਕੋਲ ਮਾਲ ਪਹੁੰਚ ਜੂਗਾ ਤੁਹਾਨੂੰ ਕਿਸੇ ਫੈਕਟਰੀ 'ਚ ਜਾਣ ਦੀ ਲੋੜ ਨਹੀਂ ਤੁਹਾਨੂੰ ਕਿਤੇ ਜਾਣ ਦੀ ਸਾਡੀ ਟੀਮ ਇੱਕ ਬਣਾਵਾਂਗੇ ਉਹ ਟੀਮ ਮਗਰੋਂ ਕਰੂਗੀ ਸਾਰਾ ਪ੍ਰੋਗਰਾਮ ਅਤੇ ਜ਼ਿਆਦਾਤਰ ਬੀਬੀਆਂ ਨੂੰ ਕੰਮ ਦੇ ਦਿਓ ਪਿੰਡਾਂ 'ਚ ਬੀਬੀਆਂ ਸਾਡੀਆਂ ਬੈਠੀਆਂ ਫ੍ਰੀ ਬੀਬੀਆਂ ਨੂੰ ਕਹੋ ਵੀ ਸਟੋਰ ਤੁਸੀਂ ਚਲਾਓ ਮੈਂ ਜੋਧਾ ਪਿੰਡ ਜਾ ਰਿਹਾ ਉੱਥੋਂ ਦੀਆਂ ਬੀਬੀਆਂ ਇੱਥੇ ਮੇਰੀ ਮੀਟਿੰਗ ਹੋਈ ਸੀ ਤਾਂ ਬੀਬੀਆਂ ਨੇ ਕੀ ਕੀਤਾ ਉੱਥੇ ਪਿੰਡ 'ਚ ਰਲ ਕੇ ਉਹ ਬਣਾ ਰਹੀਆਂ ਨੇ ਕਿਸਾਨ ਦੀ ਦੁਕਾਨ ਕਿਸਾਨ ਹੱਟ ਉੱਥੇ ਸ਼ੁਰੂ ਕਰਵਾਉਣ ਜਾ ਰਿਹਾ ਕੱਲ੍ਹ ਉਹਨਾਂ ਦਾ ਮੀਟਿੰਗ ਹੈ ਤੁਸੀਂ ਵੀ ਇੱਦਾਂ ਕਰੋ ਤੁਸੀਂ ਕਰੋ ਵੀ ਜਾ ਕੇ ਆਪਦੀ ਬਣਾ ਦਿਓ 10 ਲੱਖ ਦੀ ਸਟੋਰ ਵੀ ਜਿੱਡਾ ਵੱਡਾ ਪਿੰਡ ਆ ਉਹਦੀ ਸਟੋਰ ਬਣਾ ਦਿਓ ਜੇ ਤੁਹਾਡੀ 20 ਲੱਖ ਦੀ ਸੇਲ ਹੋ ਗਈ ਤੁਹਾਨੂੰ 2 ਲੱਖ ਬਚ ਗਿਆ ਠੀਕ ਹੈ ਜੀ 2 ਲੱਖ ਦੇ ਵਿੱਚੋਂ 50000 ਦਾ ਰਾਸ਼ਨ ਫ੍ਰੀ ਮੰਡਿਆ ਗਾ ਮਹਾਰਾਜ 1.5 ਲੱਖ ਬਚ ਗਿਆ 1.5 ਲੱਖ ਲਾਓ ਇੱਥੇ ਮੋਦੀ ਨੂੰ ਭੱਜ ਮੋਦੀ ਭੱਜ ਇੱਕ ਨਾਰਾ ਦਿਓ ਭੱਜ ਮੋਦੀ ਭੱਜ ਕਿੱਥੋਂ ਤੱਕ ਭੱਜਦਾ ਉਹ ਮਹਾਰਾਜ ਜੇ ਤੁਸੀਂ ਇਹ ਪਾਲਿਸੀ 'ਤੇ ਚੱਲ ਪਏ ਨਾ ਤੁਹਾਡੇ 1 ਮਹੀਨੇ 'ਚ ਬਿੱਲ ਵਾਪਸ ਹੈ ਜਦੋਂ ਲਾਣਿਆਂ ਦੀ ਚੂੜੀ ਟਾਇਟ ਹੋ ਗਈ ਨਾ ਸ਼ਹਿਰ ਵਾਲਿਆਂ ਦੀ ਜਦੋਂ ਲੋਕਾਂ ਦੇ ਦੁਕਾਨਾਂ ਦੇ ਕਿਰਾਏ ਨਾ ਨਿਕਲੇ ਲੋਕਾਂ ਦੇ ਬਿੱਲ ਨਾ ਭਰੇ ਗਏ ਲੋਕਾਂ ਦੀ ਰੋਟੀ ਨਾ ਪੱਕੀ ਅਤੇ ਉਹਦੇ ਲਾਲੇ ਕਹਿਣਗੇ ਉਹ ਮੋਦੀ ਨੂੰ ਕਹਿਣਗੇ ਮਰ ਜਾ ਮੋਦੀ ਤੂੰ ਜਾਨ ਛੜਾ ਇਹਨਾਂ ਤੋਂ ਸਾਡੀ ਆਹ ਚੂੜੀ ਟਾਇਟ ਕਰੋ ਜਦੋਂ ਲਾਣਿਆਂ ਦਾ ਸਮਾਨ ਨਾ ਵਿਕੂਗਾ ਉਹਨਾਂ ਦਾ ਖਰਾਬ ਹੋਊਗਾ ਅਤੇ ਕੰਪਨੀਆਂ ਦਾ ਨਾ ਵਿਕੂਗਾ ਅਤੇ ਕੰਪਨੀਆਂ ਦਾ ਜਦੋਂ ਨਾ ਵਿਕੂਗਾ ਅਤੇ ਕੰਪਨੀ ਵਾਲੇ ਮੋਦੀ ਨੂੰ ਕਹਿਣਗੇ ਕਰ ਲਾ ਵਾਪਸ ਉਹ ਤੁਹਾਡੀ ਖੇਤੀ ਨੂੰ ਪੈ ਗਿਆ ਜ਼ਮੀਨਾਂ ਨੂੰ ਪੈ ਗਿਆ ਰੋਟੀ ਨੂੰ ਆਪਾਂ ਨੂੰ ਦੁਕਾਨਾਂ ਨੂੰ ਪੈ ਜਾਓ ਆਪਾਂ ਦੁਕਾਨਾਂ ਲੁੱਟਣੀਆਂ ਨਹੀਂ ਆਪਾਂ ਬਰਾਬਰ ਖੜੀਆਂ ਕਰਨੀਆਂ ਕੋਈ ਬੰਦਾ ਇਹ ਨਾ ਸੋਚੇ ਵੀ ਕਹਿਦਾ ਵੀ ਉਹਨਾਂ ਦੀ ਨਾ ਆਪਾਂ ਬਰਾਬਰ ਔਰ ਜਿਵੇਂ ਬਾਈਕਾਟ ਹੁਣ ਕਰ ਰਹੇ ਹੋ ਉਵੇਂ ਬਾਈਕਾਟ ਕਰ ਦਿਓ ਵੀ ਜਿਹੜਾ ਬੰਦਾ ਬਾਜ਼ਾਰੋਂ ਸਮਾਨ ਲਿਆਉਂਦਾ ਸਾਡਾ ਨਹੀਂ ਹੈ ਦੇਖੋ ਤੁਸੀਂ 13,228 ਪੰਜਾਬ ਦੇ ਪਿੰਡ ਨੇ 7,000 ਪਿੰਡ ਹਰਿਆਣੇ ਦਾ 30,000 ਪਿੰਡ ਯੂਪੀ ਦਾ 50,000 ਪਿੰਡ ਮਾਰੇ ਗਦਰ ਪਾ ਦੇਣਗੇ ਕੀ ਸੋਚਦੇ ਹੋ ਅਜੇ ਅਜੇ ਰਾਜਸਥਾਨ ਪਾਸੇ ਪਿਆ ਹਿਮਾਚਲ ਪਾਸੇ ਪਿਆ ਜੰਮੂ ਪਾਸੇ ਪਿਆ ਬਾਕੀ ਸਟੇਟਾਂ ਅਜੇ ਬਾਕੀ ਪਾਸੇ ਪਈਆਂ ਮਹਾਰਾਸ਼ਟਰ ਪਾਸੇ ਪਿਆ ਜਿੱਧਰ 70,000 ਕਿਸਾਨ 70 ਕਰੋੜ ਕਿਸਾਨ ਖੜ ਗਿਆ ਢੇਰੀ ਠਾ ਦੇਣਗੇ ਗਰਦ ਉਠਾਉਂਦੇ ਜਾਣਗੇ ਹਾਂ ਇੱਕ ਗੱਲ ਵੀਰ ਜੀ ਨੇ ਬਹੁਤ ਸੋਹਣੀ ਕੀਤੀ ਆ ਮੈਂ NRI ਵੀਰਾਂ ਨੂੰ ਇੱਕ ਬੇਨਤੀ ਕਰਦਾ ਵੀ ਜਿਹੜੇ NRI ਵੀ ਉੱਥੋਂ ਇੰਨਾ ਪੈਸਾ ਪਾ ਰਹੇ ਆ ਵੀਰੋ ਤੁਹਾਡੇ ਨਾਲ ਵੀ ਅੱਜ ਤੁਹਾਨੂੰ ਡਰਾਉਣ ਦੇ ਲਈ ਬਾਹਰੋਂ ਪੈਸਾ ਨਾ ਆਵੇ NRI ਦਾ ਡਰਾਇਆ ਦਿੱਤਾ ਜਾ ਰਿਹਾ ਤੁਹਾਡੇ ਅਕਾਊਂਟ ਚੈੱਕ ਹੋ ਰਹੇ ਨੇ ਕੱਲ੍ਹ ਨੂੰ ਤੁਸੀਂ ਜੇ ਅਸੀਂ ਅੰਦੋਲਨ ਹਾਰ ਕੇ NRI ਵੀਰਾਂ ਨੂੰ ਇੱਥੇ ਆਉਂਦੇ ਹੀ ਸੱਟ ਲਿਆ ਕਰਨਗੇ ਉਹਦੇ ਲਈ ਬੇਨਤੀ ਆ ਵੀ ਤੁਸੀਂ ਇੱਕ ਪਿੰਡ ਅਡੋਪਟ ਕਰ ਲਓ ਵੀ ਇੱਕ ਪਿੰਡ ਦੇ ਵਿੱਚ ਮੰਨ ਲਓ ਤੁਸੀਂ ਉੱਥੋਂ 5 ਲੱਖ ਰੁਪਏ ਦੀ ਜ਼ਿੰਮੇਵਾਰੀ ਲੈ ਲਓ ਇੱਕ NRI ਜੇਕਰ ਇੱਕ ਪਿੰਡ ਲੈਣੇ 10,000 NRI ਜੇ ਕਿਉਂਕਿ ਪਿੰਡ ਲੈਣ ਤਾਂ ਸਾਡਾ 10,000 ਪਿੰਡ ਕਵਰ ਹੋ ਗਿਆ ਤਾਂ ਉਹਦੇ ਵਿੱਚ ਤੁਹਾਡਾ ਫੰਡ ਤੁਹਾਨੂੰ 1,000 ਰੁਪਏ ਦਾ ਹਿਸਾਬ ਮਿਲੂਗਾ ਵੀ ਇੱਥੇ 5 ਲੱਖ ਦਾ ਭਾਵੇਂ ਤੁਸੀਂ ਸੇਵਾ 'ਚ ਪਾ ਦਿਓ ਭਾਵੇਂ ਤੁਸੀਂ ਵਾਪਸ ਲੈ ਲਿਓ ਹਾਂਜੀ ਜੇਕਰ ਇੱਕ ਵਾਰੀ ਪਿੰਡ 'ਚ ਲਾਤਾ ਤੁਸੀਂ ਜੇ ਤੁਸੀਂ ਚਾਹੋਗੇ ਤਾਂ ਤੁਸੀਂ 1 ਸਾਲ ਬਾਅਦ ਵਾਪਸ ਵੀ ਲੈ ਲਿਓ ਜੇ ਕੋਈ NRI ਬੰਦਾ ਉੱਥੋਂ ਪਾਉਂਦਾ ਤਾਂ ਉਹਦਾ ਜਿਹੜਾ ਅਸੀਂ ਰਾਸ਼ਨ ਫ੍ਰੀ ਦੇਣਾ ਉਹਨੇ ਪੈਸੇ ਨੂੰ ਰਿਫੰਡ ਕਰ ਦੇਵਾਂਗੇ ਗੱਲ ਸਮਝ ਆ ਗਈ ਵੀ NRI ਵੀਰ ਵੀ ਇਸ ਗੱਲ ਵੱਲ ਧਿਆਨ ਦੇਣ ਵੀ ਆਹ ਗੱਲ ਸਾਨੂੰ ਕਰਨ ਦੀ ਲੋੜ ਆ ਜਿਹੜੀ ਕਿ ਜ਼ਰੂਰਤ ਆ ਨੌਜਵਾਨ ਵੀਰਾਂ ਨੂੰ ਬੇਨਤੀ ਆ ਵੀ ਇੱਥੇ ਬਹਿ ਕੇ ਨਾ ਤੁਸੀਂ ਇੱਧਰ ਇੱਕ ਦੂਜੇ ਵਿੱਚ ਨਾ ਵੱਜੋ ਆਹ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਵਿਖਾਓ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਇਹ ਵੀਡੀਓ ਇਹਨੂੰ ਲੈ ਜਾਓ ਉਹਨੂੰ ਕਹਿੰਦਾ ਯਾਰ ਆਹ ਗੱਲ ਸੁਣੋ ਬੰਦੇ ਦੀ ਜੇ ਗੱਲ ਮਾੜੀ ਲੱਗੇ ਮੇਰਾ ਨੰਬਰ ਵਿੱਚ ਦੇਤਾ ਜਿੱਥੇ ਕਹਿ ਦੋਗੇ ਜਿੱਥੇ ਕਹੋਗੇ ਉੱਥੇ ਤੁਹਾਡੇ ਕੋਲ ਪਹੁੰਚ ਜੂਗਾ ਮੈਂ ਤੁਹਾਡੇ ਵਿੱਚ ਹੀ ਹਾਂ ਬਸ ਆਪਾਂ ਕੀ ਕਰਨਾ ਇੱਕ ਲਹਿਰ ਖੜੀ ਕਰਨੀ ਆ ਭੱਜ ਮੋਦੀ ਭੱਜ ਇਹਨੂੰ ਨਾਂ ਦੇ ਦਿਓ ਭੱਜ ਮੋਦੀ ਭੱਜ ਕਿਉਂਕਿ ਮੋਦੀ ਸਾਨੂੰ ਭਜਾਉਂਦਾ ਭੱਜ ਮੋਦੀ ਭੱਜ ਬੋਲੇ ਸੋਨੇ